ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ ਦੌਰ ਲਗਾਤਾਰ جاری ਹੈ ਤੇ ਅੱਜ ਨੋਮੀਨੇਸ਼ਨ ਫਾਈਲ ਕਰਨ ਦਾ ਆਖੀਰਲਾ ਦਿਨ ਹੈ ਜਿਸ ਦੇ ਚੱਲਦਿਆਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਜੋ ਤਮਾਮ ਸਿਆਸਦਾਨ ਅੱਜ ਮੈਦਾਨ ਦੇ ਵਿੱਚ ਉਤਰ ਕੇ ਨੋਮੀਨੇਸ਼ਨ ਫਾਈਲ ਕਰਦੇ ਦਿਖਣਗੇ ਬੀਤੇ ਰੋਜ਼ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਸੀ ਜਦੋਂ ਕਈ ਵਿੱਗਜਾਂ ਨੇ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਸੋ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਹੈ ਕੁਝ ਹੀ ਦਿਨ ਦੇ ਵਿੱਚ ਨਾਮਜ਼ਦਗੀ ਭਰਨਗੇ ਸੀਐਮ ਚੰਨੀ ਤੁਹਾਨੂੰ ਦੱਸਦੀ ਹੈ ਭਦੌੜ ਤੋਂ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚੇ ਸੀ ਤੇ ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਨਾਮਜ਼ਦਗੀ ਉਹਨਾਂ ਨੇ ਭਰਨੀ ਹੈ ਜੋ ਕਿ ਉਹਨਾਂ ਦੀ ਸੀਟ ਹੈ ਇਸੇ ਤਰ੍ਹਾਂ ਕਰਾਂਗੇ ਸਾਡੇ ਸਹਿਯੋਗੀ ਸਮਝ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਮਝ ਕੀ ਕੁਝ ਇਸ ਵੇਲੇ ਦੇਖ ਰਹੇ ਹਾਂ ਗਰਾਊਂਡ ਤੇ ਸਰਗਰਮੀਆਂ ਕਿਉਂਕਿ ਉਹ ਹੀ ਸੀਟ ਹੈ ਜੋ ਹੈ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਹੀ ਪਰ ਇਸੇ ਸੀਟ ਤੇ ਹਾਰ ਦੀਆਂ ਕਿਆ ਸਰਾਈਆਂ ਵਿਰੋਧੀ ਕਹਿੰਦੇ ਨੇ ਉਹਨਾਂ ਨੂੰ ਪਤੌੜ ਲੈ ਗਈਆਂ ਨੇ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਲੜ ਰਹੇ ਨੇ ਇੱਕ ਪਦੌੜ ਤੇ ਦੂਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਲਗਾਤਾਰ ਉਹ ਪਿਛਲੇ ਸਾਲਾਂ ਦਰਮਿਆਨ ਜਿਹੜੇ ਲੜਦੇ ਲਗਾਤਾਰ ਨਜ਼ਰ ਆ ਰਹੇ ਸਨ ਪਰ ਇਸ ਵਾਰ ਉਹਨਾਂ ਨੇ ਜਿਹੜੀ ਨਾਮਜ਼ਦਗੀ ਪੱਤਰਾ ਪਦੌੜ ਤੋਂ ਵੀ ਭਰ ਦਿੱਤੀ ਆ ਜਿਸ ਤਰ੍ਹਾਂ ਨਾਲ ਆਮ ਆਦੀ ਪਾਰਟੀ ਲਗਾਤਾਰ ਉਹਨਾਂ ਤੇ ਉਂਗਲ ਚੱਕਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਚਮਕੌਰ ਸਾਹਿਬ ਤੋਂ ਸੀਟ ਹਾਰ ਰਹੇ ਸਨ ਤਾਂ ਇਸ ਕਰਕੇ ਚੰਨਜੀਤ ਸਿੰਘ ਚੰਨੀ ਨੇ ਪਧੌੜ ਤੋਂ ਜਿਹੜਾ ਆਪਣਾ ਨਾਮਿਨੇਸ਼ਨ ਭਰਿਆ ਤਾਂ ਉਸੇ ਦੇ ਚੱਲਦੇ ਅੱਜ ਕੱਲ ਚੰਨਜੀਤ ਸਿੰਘ ਚੰਨੀ ਨੇ ਪਧੌੜ ਹਲਕੇ ਤੋਂ ਆਪਣਾ ਜਿਹੜਾ ਨਾਮਿਨੇਸ਼ਨ ਭਰਿਆ ਤਾਂ ਦੂਜੇ ਪਾਸੇ ਅੱਜ ਚਮਕੌਰ ਸਾਹਿਬ ਤੋਂ ਜਿਹੜਾ ਆਪਣਾ ਨਾਮੀਨੇਸ਼ਨ ਫਾਈਲ ਕਰਨ ਲਈ ਕੁਝ ਸਮੇਂ ਬਾਅਦ ਪਹੁੰਚਣਗੇ ਐਸ.ਡੀ.ਐਮ ਦਫ਼ਤਰ ਦੇ ਬਾਹਰ ਖੜਿਆ ਜਿੱਥੇ ਉਹਨਾਂ ਨੇ ਨਾਮੀਨੇਸ਼ਨ ਫਾਈਲ ਕਰਨ ਦਾ ਸਮਾਂ 11 ਵਜੇ ਦਾ ਦਿੱਤਾ ਗਿਆ ਸੀਗਾ ਹਾਲਾਂਕਿ ਚੰਜੀਤ ਸਿੰਘ ਚੰਨੀ ਵਾਲੇ ਮਰੀਂਡੇ ਰਿਹਾਇਸ਼ ਦੇ ਉੱਤੇ ਜ਼ਰੂਰ ਨੇ ਪਰ ਕੁਝ ਸਮੇਂ ਬਾਅਦ ਉਹ ਆਪਣੀ ਰਿਹਾਇਸ਼ ਤੋਂ ਨਿਕਲਣਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੁਰਦੁਆਰਾ ਕਤਲਗੜ੍ਹ ਨਤਬਸਤਕ ਹੋਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਐਸ.ਡੀ.ਐਮ ਆਫਿਸ ਆਣਗੇ ਤੇ ਆਪਣਾ ਨਾਮੀਨੇਸ਼ਨ ਫਾਈਲ ਕਰਨਗੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਦੌੜ ਹਲਕੇ ਕੱਲ ਜਦੋਂ ਉਹਨਾਂ ਨੇ ਐਫੀਡੇਵਟ ਦਿੱਤਾ ਐਫੀਡੇਵਟ ਦੇ ਵਿੱਚ ਆਪਣਾ ਨ ਜਾਵੇ ਤਾਂ ਉਹਨਾਂ ਨੇ ਕਿਹਾ ਕਿ 1.5 ਲੱਖ ਰੁਪਏ ਉਹਨਾਂ ਦੇ ਨਗਦ ਹੈ ਕੈਸ਼ ਹੈ ਤੇ ਨਾਲ ਹੀ ਉਹਨਾਂ ਦੀ ਜੇਕਰ ਧਰਮ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲੇ 50000 ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਚੰਨਜੀਤ ਸਿੰਘ ਚੰਨੀ ਦੇ ਲਗਭਗ ਤਿੰਨ ਤੋਂ ਚਾਰ ਖਾਤਿਆਂ ਦੇ ਵਿੱਚ ਅਲੱਗ-ਅਲੱਗ ਪੈਸੇ ਜਮਾ ਨੇ ਦਾ ਉਹਨਾਂ ਦਾ ਕੁੱਲ ਰਕਮ ਜੇਕਰ ਲਾਈ ਜਾਵੇ ਤਾਂ 78,49,000 ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਰਕਮ ਹੈ ਉਹ ਪਈ ਹੋਈ ਹੈ ਤੇ ਇਸ ਤੋਂ ਇਲਾਵਾ ਜੇਕਰ ਐਫੀਡੇਟ ਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹਨਾਂ ਕੋਲ ਇੱਕ ਟੋヨタ ਫੋਰਚੂਨਰ ਕਾਰ ਹੈ ਜਿਸ ਦੀ ਕੀਮਤ 32 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਹੈ ਤਾਂ ਉਸ ਨਾਲ ਹੀ ਉਹਨਾਂ ਨੇ ਜੁਐਲਰੀ ਦਾ ਜਦੋਂ ਦੱਸਿਆ ਕਿ ਜੁਐਲਰੀ ਜਿਹੜੀ ਜਨਰਲ ਸਿਸਨ ਕੋਲ ਸਮੇਂ ਬਿਲਕੁਲ ਸਮਟ ਕਾ ਅਪਡੇਟ ਤੁਹਾਡੇ ਤੋਂ ਲੈਂਦੇ ਰਹਾਗੇ ਨਿਗਾਹਾਂ ਤੁਸੀਂ ਬਰਕਰਾਰ ਰੱਖੋ ਫਿਲਹਾਲ ਧੰਨਵਾਦ